ਹਾਂਜੀ ਜਿਵੇਂ ਪੋਸ਼ਣ ਅਭਿਆਨ ਦਾ 15ਵਾੜਾ ਚੱਲ ਰਿਹਾ ਹੈਗਾ ਉਸੇ ਅਭਿਆਨ ਦੇ ਤਹਿਤ ਸਾਡੇ ਅੱਜ ਪਲੱਸ 2 ਬੀ ਦੇ ਨਾਨ ਮੈਡੀਕਲ ਦੇ ਵਿਦਿਆਰਥੀ ਆਏ ਹੋਏ ਨੇ ਤੇ ਔਰ ਇਹਨਾਂ ਨੇ ਜਿਹੜਾ ਹੈਗਾ ਕੁਝ ਮੈਡੀਸਨਲ ਪਲਾਂਟਸ ਜਿਹੜੇ ਹੈਗੇ ਕਸ਼ਮੀਰ ਸਿੰਘ ਗਿੱਲ ਕੋਲੋਂ ਲਏ ਹੈਗੇ ਆ ਔਰ ਇਹ ਪਲਾਂਟਸ ਕਾਫੀ ਜਵਾਨ ਹੈਗੇ ਆ ਮੈਡੀਸਨਲ ਪਲਾਂਟ ਹੈਗੇ ਆ ਔਰ ਇਹਨਾਂ ਦੀ ਜਿਹੜੀ ਜਿੱਥੇ ਫੂਡ ਵੈਲਿਊ ਬਹੁਤ ਜ਼ਿਆਦਾ ਹੈ ਉੱਥੇ ਇਹਨਾਂ ਦੀ ਮੈਡੀਸਨਲ ਵੈਲਿਊ ਬਹੁਤ ਜ਼ਿਆਦਾ ਹੈਗੀ ਹੈ ਨਿਊਟ੍ਰੀਸ਼ਨ ਨਾਲ ਭਰਪੂਰ ਨੇ ਔਰ ਇਹ ਬੂਟੇ ਅਸੀਂ ਜਿਹੜੇ ਲਾਉਣ ਜਾ ਰਹੇ ਹੈਗੇ ਆ ਗੁਰੂ ਕੀ ਵਡਾਲੀ ਗੁਰਦੁਆਰਾ ਸਾਹਿਬ ਵਿੱਚ ਲਗਾਉਣ ਜਾ ਰਹੇ ਹਾਂ ਜਿੱਥੇ ਇਹ ਬੂਟੇ ਜਿਹੜੇ ਹੈਗੇ ਸੁਰੱਖਿਅਤ ਰਹਿਣਗੇ ਔਰ ਇਹਨਾਂ ਦਾ ਪੂਰਾ ਵਿਕਾਸ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਆਪਣੀਆਂ ਜਿਹੜੀ ਗੁਣਕਾਰੀ ਗੁਣਾਂ ਨਾਲ ਭਰਪੂਰ ਦੇ ਐਨਵਾਇਰਨਮੈਂਟ ਦੇਣਗੇ ਔਰ ਕਈ ਸਾਨੂੰ ਮੈਡੀਸਨਲ ਲਾਭ ਇਹਨਾਂ ਤੋਂ ਮਿਲਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਵਿਦਿਆਰਥੀ ਹਾਂ। ਅੱਜ ਅਸੀਂ ਗੁਰੂ ਕੀ ਵਡਾਲੀ ਸ਼੍ਰੀ ਦਮਦਮਾ ਸਾਹਿਬ ਵਿਖੇ ਬੂਟੇ ਲਗਾਉਣ ਆਏ ਹਾਂ। ਤਾਂ ਅਸੀਂ ਬਹੁਤ ਸਾਰੇ ਪ੍ਰਕਾਰ ਦੇ ਬੂਟੇ ਲਗਾਏ ਹਨ ਅਤੇ ਮੇਰੇ ਹੱਥ ਵਿੱਚ ਹੈਗਾ ਹੈ ਬੇਲ ਪੱਤਰ ਦਾ ਬੂਟਾ। ਇਸ ਦੇ ਬਹੁਤ ਸਾਰੇ ਫਾਇਦੇ ਹਨ, ਉਹਨਾਂ ਵਿੱਚੋਂ ਮੈਂ ਤੁਹਾਨੂੰ ਕੁਝ ਫਾਇਦੇ ਗਿਣਾਉਂਦਾ ਪਿਆ ਹਾਂ ਬੇਲ ਪੱਤਰ ਦੇ ਬੂਟੇ ਦੇ। ਅਤੇ ਜੋ ਕਿ ਬੇਲ ਪੱਤਰ ਦਾ ਬੂਟਾ ਹੈ ਉਹ ਸ਼ੂਗਰ ਦੇ ਜਿਹੜੇ ਮਰੀਜ਼ ਹੁੰਦੇ ਹਨ ਉਹਨਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਬੇਲ ਪੱਤਰ ਦੇ ਬੂਟੇ ਨੂੰ ਜਿਵੇਂ ਅਸੀਂ ਉਹਦਾ ਚੂਰਨ ਬਣਾ ਕੇ ਜੇ ਅਸੀਂ ਕੈਂਸਰ ਦੇ ਮਰੀਜ਼ਾਂ ਨੂੰ ਦਈਏ ਤਾਂ ਉਹਨਾਂ ਲਈ ਉਹ ਬਹੁਤ ਲਾਭਦਾਇਕ ਹੁੰਦਾ ਹੈ, ਜੋ ਕਿ ਕੈਂਸਰ ਨੂੰ ਕਿਓਰ ਕਰਨ ਲਈ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਬੇਲ ਪੱਤਰ ਦਾ ਬੂਟਾ ਬਹੁਤ ਲਾਭਦਾਇਕ ਹੁੰਦਾ ਹੈ। ਅਤੇ ਜਿਵੇਂ ਕਿ ਬੇਲ ਪੱਤਰ ਦਾ ਬੂਟੇ ਨੂੰ ਜਿਵੇਂ ਸ਼ਿਵਲਿੰਗ 'ਤੇ ਵੀ ਚੜ੍ਹਾਉਂਦੇ ਹਨ ਤਾਂ ਇਹ ਪੌਰਾਣਿਕ ਬੂਟਾ ਵੀ ਕਿਹਾ ਜਾਂਦਾ ਹੈ। ਅਤੇ ਬੇਲ ਪੱਤਰ ਦਾ ਬੇਲ ਪੱਤਰ ਦੇ ਬੂਟੇ ਨੂੰ ਜੇ ਅਸੀਂ ਇਹਦਾ ਸੇਵਨ ਕਰੀਏ ਤਾਂ ਇਹ ਸਰੀਰ ਦੇ ਸਤਿ ਸ਼੍ਰੀ ਅਕਾਲ ਜੀ। ਮੈਂ ਅਵਤਾਰ ਸਿੰਘ ਕਲਾਸ ਪਲੱਸ ਟੂ ਬੀ ਗੁਰੂ ਕੀ ਵਡਾਲੀ ਦਮਦਮਾ ਸਾਹਿਬ ਵਿਖੇ ਆਪਣੇ ਦੋਸਤਾਂ ਦੇ ਨਾਲ ਕੁਛ ਮੈਡੀਸਨਲ ਪਲਾਂਟ ਲਾਉਣ ਆਇਆ ਹਾਂ, ਜਿਨ੍ਹਾਂ ਵਿੱਚੋਂ ਇੱਕ ਪਲਾਂਟ ਦਾ ਨਾਮ ਹੈ ਸੁਹਾਂਜਣਾ ਬੂਟਾ। ਸੁਹਾਂਜਣੇ ਬੂਟੇ ਦੇ ਕਈ ਸਾਰੇ ਲਾਭ ਹਨ। ਜਿਵੇਂ ਸੁਹਾਂਜਣੇ ਬੂਟੇ ਵਿੱਚ ਦੁੱਧ ਨਾਲੋਂ 17 ਗੁਣਾ ਜ਼ਿਆਦਾ ਕੈਲਸ਼ੀਅਮ, ਪਾਲਕ ਨਾਲੋਂ 25 ਗੁਣਾ ਜ਼ਿਆਦਾ ਵੱਧ ਆਇਰਨ, ਸੰਤਰੇ ਨਾਲੋਂ 7 ਗੁਣਾ ਜ਼ਿਆਦਾ ਵੱਧ ਵਿਟਾਮਿਨ ਸੀ ਅਤੇ ਕੇਲੇ ਨਾਲੋਂ 3 ਗੁਣਾ ਜ਼ਿਆਦਾ ਵੱਧ ਪੋਟਾਸ਼ੀਅਮ ਸੀ ਹੈ। ਧੰਨਵਾਦ ਜੀ। ਮੈਂ ਤੁਹਾਨੂੰ ਅੰਤ ਤੇ ਇਹੀ ਦੱਸਣਾ ਚਾਹਾਂਗਾ ਕਿ ਰੁੱਖ ਲਗਾਓ ਅਤੇ ਵਾਤਾਵਰਨ ਬਚਾਓ। ਦੋਸਤੋ, ਮੇਰਾ ਨਾਮ ਅੰਮ੍ਰਿਤਪਾਲ ਸਿੰਘ, ਮੈਂ ਪਲੱਸ 2 ਬੀ ਨੋਨ ਮੈਡੀਕਲ ਸਟਰੀਮ ਦਾ ਵਿਦਿਆਰਥੀ ਹਾਂ। ਪੋਸ਼ਣ ਅਭਿਆਨ ਦੇ ਵਿੱਚ ਅਸੀਂ ਕੁਛ ਪੌਦੇ ਲਗਾ ਰਹੇ ਹਾਂ, ਉਹਨਾਂ ਦੇ ਵਿੱਚ ਕਦਮ ਦੇ ਪੌਦੇ ਦੇ ਤੁਹਾਨੂੰ ਅੱਜ ਮੈਂ ਲਾਭ ਦੱਸ ਰਿਹਾ ਵੀਰੋ। ਇਸ ਦੇ ਪੱਤੇ ਵੱਡੇ ਹੁੰਦੇ ਹਨ ਅਤੇ ਫਲ ਮਤਲਬ ਨਿੰਬੂ ਵਰਗਾ ਹੁੰਦਾ ਹੈ। ਕਦਮ ਦੇ ਤਣੇ ਦੀ ਛਿੱਲ ਦੇ ਵਿੱਚੋਂ ਜਿਹੜਾ ਰਸ ਨਿਕਲਦਾ ਹੈ ਉਹ ਅੱਖਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ। ਕਦਮ ਦੇ ਪੱਤਿਆਂ ਦਾ ਕਾੜਾ ਬਣਾ ਕੇ ਗਾਰੇ ਕਰਨਾ ਮੂੰਹ ਦੇ ਛਾਲੇ ਵੀ ਦੂਰ ਹੋ ਜਾਂਦੇ ਹਨ। ਖਾਂਸੀ, ਸਰੀਰ ਦੀ ਕਮਜ਼ੋਰੀ, ਪੈਰਾਂ ਦੀ ਸੋਜ, ਪਾਚਣ ਲਈ ਬਹੁਤ ਲਾਹੇਵੰਦ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ ਵੀਰੋ। ਪੌਦੇ ਲਗਾਓ, ਪੋਸ਼ਣ ਅਭਿਆਨ ਨੂੰ ਸਫਲ ਬਣਾਓ। ਸਤਿ ਸ਼੍ਰੀ ਅਕਾਲ ਜੀ ਵੀਰੋ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਵੱਲੋਂ ਚਲਾਈ ਪੋਸ਼ਣ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਗਿਆਨੀ ਸੁਖ ਸਿੰਘ ਸੀਤਲ ਢਾਡੀ ਕਮਿਸ਼ਨ ਗੁਰਮਤਿ ਮਿਸ਼ਨਰੀ ਕਾਲਜ ਵਿਖੇ ਬਹੁਤ ਹੀ ਪ੍ਰਕਾਰ ਦੇ ਬੂਟੇ ਲਗਾਏ ਨੇ, ਜਿਨ੍ਹਾਂ ਦਾ ਮਕਸਦ ਸਾਡੇ ਵਾਤਾਵਰਨ ਨੂੰ ਸੰਭਾਲਣਾ, ਸਾਡੀ ਜੋ ਗੁਰਬਾਣੀ ਦਾ ਸਿਧਾਂਤ ਹੈ ਮਾਤਾ ਤੱਕ ਮਾਂ ਤੋਂ ਉਸੇ ਦੇ ਅਨੁਸਾਰ ਧਰਤੀ ਮਾਤਾ ਦੀ ਇਸ ਪੌਣ ਪਾਣੀ ਦੀ ਸੰਭਾਲ ਕਰਨਾ ਹੈ। ਮੈਂ ਇਹਨਾਂ ਸਾਰੇ ਬੱਚਿਆਂ ਦਾ ਸਾਡੇ ਸਟਾਫ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ। ਪਾਤਸ਼ਾਹ ਕਿਰਪਾ ਕਰੇ ਇਹਨਾਂ ਸਾਰਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖੀ। ਇਸੇ ਤਰ੍ਹਾਂ ਸਮਾਜ ਵਾਸਤੇ, ਧਰਤੀ ਮਾਤਾ ਦੇ ਵਾਸਤੇ ਸੋਹਣਾ ਕੰਮ ਕਰਦੇ ਰਹਿਣ। ਚੜ੍ਹਦੀ ਕਲਾ ਰੱਖਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।